ਰਾਤੀ ਪੁਲਿਸ ਨੂੰ ਸਿੱਧਮਾ ਅਤੇ ਪੁੜੈਣ ਦੇ ਵਿਚਕਾਰ ਨਹਿਰ ਵਿੱਚੋਂ ਮਿਲੀਆਂ 3 ਲਾਸ਼ਾਂ। ਹਾਂਜੀ ਸਰ, ਕੌਣ ਹੋ ਤੁਸੀਂ? ਮੇਰਾ ਨਾਮ ਸ਼ੰਕਰ ਭਾਰਦਵਾਜ ਜੀ, ਭੋਲੇ ਸ਼ੰਕਰ ਡਾਈਵਰ ਕਲੱਬ ਦੀ ਟੀਮ ਜੋ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਵਿੱਚ ਕੰਮ ਕਰਦੀ ਹੈ, ਜਿਹੜੀ ਲੋਕਾਂ ਦੀਆਂ ਲਾਸ਼ਾਂ ਲੱਭ ਕੇ ਦਿੰਦੀ ਹੈ ਅਤੇ ਲੋਕਾਂ ਨੂੰ ਜੀਵਤ ਬਾਹਰ ਕੱਢਦੀ ਹੈ। ਅਤੇ ਉਹ ਕੰਮ ਜਿਹੜੇ ਗੋਤਾਖੋਰ, ਅੱਜ ਮੈਂ ਲੁਧਿਆਣੇ ਦੇ ਇੱਥੇ ਸ਼ਹਿਰ 'ਚ ਖੜ੍ਹਾ ਹੈਗਾ, ਜਿਹੜਾ ਇਹ ਸਿਧਮਾ ਕਿਹੜਾ ਪੈਂਦਾ ਸ਼ਹਿਰ? ਸਵੱਦੀ ਵਾਲਾ ਪੁਲ ਹੈ ਜੀ ਇੱਥੇ। ਅਤੇ ਇੱਥੇ ਅਸੀਂ ਜਦੋਂ ਆਏ ਹਾਂ ਤਾਂ ਇੱਕ ਸਾਨੂੰ ਇੱਕ ਲਾਸ਼ ਦਾ ਸ਼ੱਕ ਸੀਗਾ ਵੀ ਇੱਕ ਡੈੱਡ ਬੋਡੀ ਮਿਲੀ ਹੈ, ਪਰ ਇੱਥੇ ਗਿਣਤੀ ਦੇ ਹਿਸਾਬ ਨਾਲ ਜੇ ਆਪਾਂ ਕਰੀਏ ਤਾਂ ਤਕਰੀਬਨ 3 ਤੋਂ 4 ਬੋਡੀਆਂ ਨੇ ਜਿਹੜੀ ਉਹ ਪਈਆਂ ਨੇ, ਅਤੇ ਇੱਕ ਦੀ ਸ਼ਨਾਖਤ ਹੋਈ ਹੈ ਜਿਹੜਾ ਕਿ ਗਿਲਿਨ ਕਲੇਵ ਦਾ ਸ਼ਾਇਦ ਬੰਦਾ ਹੈਗਾ, ਜਿਹਦਾ ਨਾਮ ਆ ਮੱਖਣ ਸਿੰਘ। ਅਤੇ ਉਹਦੀ ਡੈੱਡ ਬੋਡੀ ਸਾਨੂੰ, ਅਸੀਂ ਉਹਦਾ ਫੋਨ ਜਿਹੜਾ ਉਹਦੀ ਪੋਕਿਟ 'ਚੋਂ ਮਿਲਿਆ, ਉਹ ਫੋਨ ਕੱਢਿਆ ਸੀ, ਫੋਨ ਦੇ ਵਿੱਚ ਮਤਲਬ ਵੱਖ ਵੱਖ ਨੰਬਰਾਂ 'ਤੇ ਅਸੀਂ ਜਦੋਂ ਕਾਲ ਕੀਤੀ ਤਾਂ ਉਹ ਸ਼ਨਾਖਤ ਵੀ ਬੰਦਾ 5 ਦਿਨ ਤੋਂ ਘਰ ਤੋਂ ਮਿਸਿੰਗ ਸੀਗਾ। ਤੁਸੀਂ ਇੱਥੇ ਕਿਹੜੀ ਡੈੱਡ ਬੋਡੀ ਢੂੰਢਣ ਆਏ ਸੀਗੇ? ਅਸੀਂ ਫਿਲਹਾਲ ਉਹ ਜਿਹੜੀ ਡੈੱਡ ਬੋਡੀ ਮੱਖਣ ਸਿੰਘ ਦੀ ਸੀਗੀ ਜੀ, ਉਸ ਡੈੱਡ ਬੋਡੀ ਦੇ ਚੱਕਰ 'ਚ ਜਿਹੜਾ ਗੋਤਾਖੋਰ ਜਿਹੜਾ ਰਾਊਂਡ ਅਪ ਆਪਣਾ ਕਰ ਰਹੇ ਸੀਗੇ ਅਤੇ ਉਸ ਰਾਊਂਡ ਦੇ ਦੌਰਾਨ ਮਿਲੀ ਸੀਗੀ। ਪਰ ਜਦੋਂ ਮੈਂ ਪਟਿਆਲੇ ਤੋਂ ਆਇਆ ਉਰੇ ਆ ਕੇ ਦੇਖਿਆ ਤਾਂ ਲਾਸ਼ਾਂ ਉਰੇ ਕਾਫੀ ਪਈਆਂ ਨੇ, ਮਤਲਬ 2 ਤੋਂ 3 ਦੀ ਗਿਣਤੀ ਹੈ ਜਿਹੜੀ ਲਾਸ਼ਾਂ ਹੈਗੀਆਂ ਉਹ ਹੈਗੀਆਂ। ਪਰ ਦੇਖੋ ਜਿਹੜੀ ਕੋਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਉਹਦੇ ਵਿੱਚ ਵੀ ਡਾਈਵਰਸ ਆਪਣਾ ਕੰਮ ਕਰ ਰਹੇ ਹਾਂ, ਪਰ ਸਰਕਾਰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਮਦਦ ਨਹੀਂ ਹੈਗੀ, ਜਾਂ ਕੋਈ ਬੈਠਣ ਦਾ ਟਿਕਾਣਾ, ਕੋਈ ਰਾਸ਼ਨ ਦਾ ਟਿਕਾਣਾ, ਕੋਈ ਖਾਣ ਪੀਣ ਦਾ ਕੋਈ ਮੁਆਵਜ਼ਾ ਵੀ ਕੁਛ ਨਹੀਂ, ਕਿਉਂਕਿ ਬਿਮਾਰੀ ਇਹ ਇਕੱਲੇ ਗੋਤਾਖੋਰਾਂ ਨੂੰ ਵੀ ਲੱਗ ਸਕਦੀ ਹੈ। ਸਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੰਗ ਪ੍ਰਸ਼ਾਸਨ ਤੋਂ ਵੀ ਕੋਈ ਬੈਠਣ ਦਾ ਟਿਕਾਣਾ, ਕੋਈ ਰੁਜ਼ਗਾਰ, ਕੋਈ ਕੰਮ ਕਰ ਦਿਓ, ਕੋਈ ਇਹਨਾਂ ਬੱਚਿਆਂ ਦਾ ਸਕੂਲ ਦਾ ਦੇਖੇ ਆਪਣਾ, ਵੀ ਕਿਤੇ ਨਾ ਕਿਤੇ ਸਾਨੂੰ ਵੀ ਐਡਜਸਟਮੈਂਟ ਕਰਿਆ ਜਾਵੇ। ਸਰਕਾਰ ਵੱਲੋਂ ਸਾਨੂੰ ਅਣਦੇਖਿਆ ਕਰਿਆ ਜਾਂਦਾ ਹੈਗਾ। ਇਹ ਮੱਖਣ